जेडे कमेंटा च गाल कड रहे आ, मैं कुछ बोल नहीं सकती, मेहरबानी करके आ माड़ा जा। चलो धीआं भैणां सब दीआं सांझीआं हुंदीआं, इक्को ही आया हुण तक बंदा, ते वीरे माड़ा जा घरे जाके आही गाल आपदी मम्मी नूं जां आपदी सिस्टर नूं वी कढ के देख लो, ते देखो वी उह टॉलरेट करदे कि नहीं करदे। ठीक आ, इत्थे कमेंटा च गाल कढणीआं बहुत सौखीआं। थैंक यू, जिन्ने मेरे हुण तक वीडियोस देखे आ सारे नालों कंसैप्ट डिफरेंट आ। गैरी भुल्लर उन्होंने वीडियो किया और देसी जंक्शन दे लेबल दे अंडर सोंग आऊगा। मेरे नाल जिहड़ी फीचरिंग की है जी वह कमल खैरा ने की है। आई होप तुसी सारे जने गाने नूं पसंद करोगे, मतलब मैनू परसनली गाना बहुत ज़्यादा वधिया लगता। और एक होर चीज़, जिन्ना तुसी ऑडियो सुनिया सी यार, जिन्ना तुसी ऑडियो सुनिया सीगा उहदे विच जिहड़े लिरिक्स आ हुण वीडियो दे विच तुहानूं थोड़े जिहे चेंज मिलणगे लिरिक्स। थैंक यू सो मच किंग खान। निशान बाजवा, मैं सारे दे कमेंट्स रीड कर रही हूँ। अक्सर सारे शिकायत होंगी भी मैं रीड नहीं करती, करती हूँ मैं जिन्ना कि मेरे को टाइम होंगे उस हिसाब से मैं मैसेजेस भी थोड़े सारे दे पढ़ती हूँ। थैंक यू थैंक यू थैंक यू थैंक यू थैंक यू इन्ना ज़्यादा प्यार करने लिए। बहुत सारे वधिया मैसेजेस आते थोड़े, बहुत ज़्यादा तुसी प्यार दिने। थैंक यू थैंक यू थैंक यू। एंड आई होप तुसी हुण जिहड़ा सोंग आ रहा दो घोड़े, तो उस तो बाद एक होर सोंग आ उहदा भी वीडियो हो चुका है, मतलब 16 गाने जिहड़े आ टेप दे वो रेडी पए आ, वो तो असीं करने करने आ। तो आह वाला गाना जिहड़ा ये दो घोड़े जिहदा तुसी ऑडियो सुनिया सी इहदा हुण वीडियो आ रहा, जो कि मैनू बहुत ज़्यादा पसंद आ। आई होप तुसी सारे जने पसंद करोगे। थैंक यू सो मच प्रिंस। ਵੱਡੇ ਵੱਡੇ ਵੈਲੀ ਪਾ ਕੇ ਘੁੰਮੇ ਜੇਬਾਂ ਚ, ਜਾਂਦਾ ਨਾ ਧਿਆਨ ਮੇਰੀਆਂ ਪੰਜੇਬਾਂ ਚ, ਕਿਹਦਾ ਕਿਹਦਾ ਇੱਥੇ ਦੱਸ ਮੂੰਹ ਫੜ ਲਾਂ, ਹੋ ਗਏ ਸ਼ਰੇਆਮ ਤੇਰੇ ਸ਼ਹਿਰ ਚਾਚੇ, ਬੇਬੇ ਬਾਪੂ ਪੁੱਛਦੇ ਮੁੰਡੇ ਦੀ ਡਿਗਰੀ, ਕੀ ਦੱਸਾਂ ਅੱਠ ਚੱਲਦੇ ਤੇਰੇ ਤੇ ਪਰਚੇ। ਗਾਣਿਆਂ ਦੀ ਸੋਹਣੇ ਲੱਗਦੇ ਆ, ਉਹਦਾ ਰੀਅਲ ਲਾਈਫ ਆ, ਰੀਅਲ ਲਾਈਫ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਭਾਈ, ਇਹਨੂੰ ਗਾਣਿਆਂ ਦੀ ਤਰ੍ਹਾਂ ਹੀ ਯਾਦ ਲਓ। थैंक यू थैंक यू थैंक यू थैंक यू थैंक यू थैंक यू यादविंदर। हैलो पुनीत, कितों दे आ तुसी? मैं मोहाली दी हाँ जी। मैं सरपंची सॉन्ग सुना दूँ। ਨਿਆਈਆਂ ਵਾਲੇ ਖੇਤ ਪਾਤੇ ਤਿੰਨ ਢੋਲ ਲਾਉਣਦੇ, ਚੰਡੀਗੜ੍ਹ ਤੱਕ ਉਹਦੇ ਦਬਕੇ ਨੂੰ ਜਾਣਦੇ, ਵੈਲੀ ਉਹਦੀ ਮੱਤ ਅੱਖ ਖੜੀਆ, ਵੈਲੀ ਉਹਦੀ ਮੱਤ ਅੱਖ ਖੜੀਆ, ਖੱਬੇ ਹੱਥ ਦੀ ਡਿਊਟੀ ਰਹਿੰਦੀ ਮੁੱਛ ਸੱਜੀ ਤੇ, ਭਰੀ ਭੀਮ ਦੀਆਂ ਡੱਬੀ ਜੇਬ ਨੋਟਾਂ ਨਾਲ ਲੱਦੀ, ਹੇਡ ਜੱਟ ਦੀ ਲਖੋੜਾ ਸਰਪੰਚ ਗੱਡੀ ਤੇ। ਯਾਰ ਆ ਜਿਹੜੇ ਅੱਖਾਂ ਚੋਂ ਹੰਝੂ ਜਿਹੇ ਨਿਕਲਦੇ ਹੁੰਦੇ ਆ, ਆਪਣੀ ਸਮਾਈਲੀ ਭੇਜਦੇ ਆ ਨਾ, ਕਲੀਅਰ ਵੀ ਕਰਦਿਆ ਕਰੋ ਮੈਨੂੰ, ਕਿਹੜੀ ਖੁਸ਼ੀ 'ਚ ਭੇਜਦੇ ਆ, ਮੈਂ ਵੀ ਹੱਸ ਲਊਂਗੀ ਥੋੜ੍ਹਾ ਜਿਹਾ। ਮੈਮ ਪੰਜਾਬੀ ਬੋਲਦੇ ਹਿੰਦੀ ਨਹੀਂ, ਉਹਨਾਂ ਨੇ ਹਿੰਦੀ ਮੈਂ ਪੁੱਛਿਆ ਤਾਂ ਮੈਨੇ ਹਿੰਦੀ ਮੈਂ ਜਵਾਬ ਦੇ ਦਿਆ, ਕਿਉਂਕਿ ਬਹੁਤ ਸਾਰੇ ਲੋਕ ਐਸੇ ਵੀ ਹੈ ਜਿਨਕੋ ਹਿੰਦੀ ਸਮਝ ਆਤੀ ਹੈ ਨਾ, ਪਰ ਮੇਰੀ ਹਿੰਦੀ ਬਹੁਤ ਹੀ ਜ਼ਿਆਦਾ ਭੈੜੀ ਗੰਦੀ ਸੀ ਹੈ, ਪਰ ਮੈਂ ਕੋਸ਼ਿਸ਼ ਕਰਦੀ ਹਾਂ ਥੋੜ੍ਹੀ ਥੋੜ੍ਹੀ ਕਿ ਸੁਧਰ ਜਾਏ। ਸਾਡੀ ਪੰਜਾਬੀ ਹੋਈ ਵਧੀਆ ਲੱਗਦੀ ਮੈਨੂੰ, ਤਾਂ ਪੰਜਾਬੀ ਮਤਲਬ ਬੋਲ ਲੈਂਦੀ ਹਾਂ ਵਧੀਆ ਤਰੀਕੇ ਨਾਲ, ਹਿੰਦੀ ਮੇਰੀ ਇਤਨੀ ਅੱਛੀ ਨਹੀਂ ਹੈ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਔਰ ਕੋਈ ਹੋਰ ਸਵਾਲ ਕਿਸੇ ਦਾ? ਦੈਟਸ ਇਟ ਮੇਰਾ, ਬਿਕੋਜ਼ ਜਿਹੜਾ ਰੀਜ਼ਨ ਸੀਗਾ ਲਾਈਵ ਆਉਣ ਦਾ ਉਹ ਆਈ ਥਿੰਕ ਕੰਪਲੀਟ ਹੋ ਚੁੱਕਿਆ, ਅਤੇ ਤੁਸੀਂ ਸਾਰੇ ਜਣੇ ਆਈ ਹੋਪ ਗਾਣੇ ਨੂੰ ਪਸੰਦ ਕਰੋਗੇ। ਡੋਲਰ ਸੌਂਗ ਸੁਣਾ ਦਿਓ ਤੁਸੀਂ। ਹਾਂਜੀ ਬਿਲਕੁਲ, ਅਤੇ
ਤੇ ਆਡੀਓ ਨੇ ਤਾਂ ਤੁਸੀਂ ਬਹੁਤ ਜ਼ਿਆਦਾ ਪਸੰਦ ਕੀਤਾ ਹੀ ਆ, ਜਿਹੜੇ ਕਮੈਂਟਾਂ 'ਚ ਗਾਲਾਂ ਕੱਢ ਰਹੇ ਆ ਮੈਂ ਕੁਛ ਬੋਲ ਨਹੀਂ ਸਕਦੀ, ਮਿਹਰਬਾਨੀ ਕਰਕੇ ਆ ਮਾੜਾ ਜਿਹਾ। ਚਲੋ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ, ਇੱਕੋ ਹੀ ਆਇਆ ਹੁਣ ਤੱਕ ਬੰਦਾ, ਤੇ ਵੀਰੇ ਮਾੜਾ ਜਿਹਾ ਘਰੇ ਜਾ ਕੇ ਆਹੀ ਗਾਲਾਂ ਆਪਦੀ ਮੰਮੀ ਨੂੰ ਜਾਂ ਆਪਦੀ ਸਿਸਟਰ ਨੂੰ ਵੀ ਕੱਢ ਕੇ ਦੇਖ ਲਓ ਤੇ ਦੇਖੋ ਵੀ ਉਹ ਟੋਲਰੇਟ ਕਰਦੇ ਕਿ ਨਹੀਂ ਕਰਦੇ। ਠੀਕ ਆ,